ਹਾਂਜੀ ਦੋਸਤੋ ਪਿਆਰ ਭਰੀ ਸਾਸਰੀਆ ਕਾ ਜੀ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ DK Social Help ਦੇ ਵਿੱਚ ਸੋ ਦੋਸਤੋ ਰਾਸ਼ਨ ਕਾਰਡ ਦੀ ਬਹੁਤ ਵੱਡੀ ਅਪਡੇਟ ਆਈ ਹੈ ਰਾਸ਼ਨ ਕਾਰਡ ਵਾਲਿਆਂ ਦੀ ਲੱਗ ਗਈ ਹੈ ਲੋਟਰੀ ਹਾਂਜੀ ਜੇਕਰ ਤੁਹਾਡੇ ਕੋਲ ਵੀ ਰਾਸ਼ਨ ਕਾਰਡ ਹੈ ਤੇ ਇਹ ਮੰਨ ਕੇ ਚਲੋ ਤੁਹਾਡੀ ਲੋਟਰੀ ਲੱਗ ਗਈ ਹੈ ਜੀ ਹਾਂ ਦੋਸਤੋ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਦਬਾ ਕੇ 올 ਤੇ ਜਰੂਰ ਪ੍ਰੈਸ ਕਰ ਲੈਣਾ ਤਾਂ ਜੋ ਉਉਣ ਵਾਲੀਆਂ ਹਰ ਇੱਕ ਵੀਡੀਓ ਤੁਹਾਨੂੰ ਮਿਲਦੀ ਜਾ ਰਹਿਣ। ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਹਾਡੇ ਕੋਲ ਰਾਸ਼ਨ ਕਾਰਡ ਹੈ ਤੇ ਤੁਸੀਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਤਹਿਤ ਮੁਫਤ ਰਾਸ਼ਨ ਲੈ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਉਪਯੋਗ ਦੀ ਹੈ। ਦਰਸਲ ਇਹ ਯੋਜਨਾ 2000 April 2000 ਵਿੱਚ ਸ਼ੁਰੂ ਹੋਈ ਸੀ। ਜਿਸ ਦੀ ਠੀਕ ਹੈ ਜੀ ਕੋਰੋਨਾ ਕਾਲ ਦੇ ਦੌਰਾਨ ਸ਼ੁਰੂ ਹੋਈ ਸੀ ਬਾਅਦ ਵਿੱਚ March 2022 ਵਿੱਚ ਇਸ ਸਕੀਮ ਨੂੰ ਕਿਹਾ ਸੀ ਵੀ ਇਹ ਬੰਦ ਹੋ ਜਾਏਗੀ ਉਸ ਤੋਂ ਬਾਅਦ 6 ਮਹੀਨੇ ਹੋਰ ਵਧਾ ਕੇ ਯਾਨੀ ਸਤੰਬਰ 2022 ਤੱਕ ਇਹਦੀ ਲਾਸਟ ਡੇਟ ਕਰ ਦਿੱਤੀ ਗਈ ਸੀ ਪਰ ਹੁਣ ਚਰਚਾ ਹੈ ਕਿ ਸਰਕਾਰ ਇਸ ਸਕੀਮ ਨੂੰ ਫਿਰ ਤੋਂ ਵਧਾ ਸਕੇਗੀ ਜਾਂ ਨਹੀਂ ਤਾਂ ਦੋਸਤੋ ਤੁਹਾਨੂੰ ਦੱਸ ਦਿਆਂ ਕਿ 80 ਕਰੋੜ ਲੋਕ ਇਸ ਸਕੀਮ ਦੇ ਨਾਲ ਜੁੜੇ ਹੋਏ ਨੇ ਪ੍ਰਧਾਨ ਮੰਤਰੀ ਅਨ ਕਲਿਆਣ ਯੋਜਨਾ ਦੇ ਨਾਲ ਸਰਕਾਰ ਦੀ ਇਸ ਯੋਜਨਾ ਦੀ ਚਰਚਾ ਇਸ ਲਈ ਹੋ ਰਹੀ ਹੈ ਕਿਉਂਕਿ ਇਸ ਨਾਲ 80 ਕਰੋੜ ਲੋਕ ਜੁੜੇ ਹੋਏ ਨੇ ਸਿੱਧੇ ਰੂਪ ਨਾਲ ਮੀਡੀਆ ਰਿਪੋਰਟਾਂ ਦੇ ਅਨੁਸਾਰ ਕੇਂਦਰ ਸਰਕਾਰ ਨੇ ਇੱਕ ਵਾਰ ਫਿਰ ਮੁਫਤ ਰਾਸ਼ਨ ਵੰਡਣ ਦੀ ਇਸ ਸਕੀਮ ਇਹ ਸਭ ਤੋਂ ਵੱਡੀ ਯੋਜਨਾ ਨੂੰ 6 ਮਹੀਨੇ ਯਾਨੀ ਮਾਰਚ 2023 ਤੱਕ ਵਧਾਉਣ ਦਾ ਮਨ ਬਣਾ ਲਿਆ ਹੈ ਇਸ ਗੱਲ ਦਾ ਸੰਕੇਤ ਕੇਂਦਰੀ ਖੁਰਾਕ ਵਿਭਾਗ ਦੇ ਸਕੱਤਰ ਨੇ ਵੀ ਦਿੱਤਾ ਹੈ ਹਾਲਾਂਕਿ ਇਸ ਬਾਰੇ ਅਧਿਕਾਰਤ ਤੌਰ ਤੇ ਐਲਾਨ ਨਹੀਂ ਕੀਤਾ ਗਿਆ ਹੁਣ ਤੱਕ 3.40 ਲੱਖ ਠੀਕ ਹੈ ਜੀ 3.40 ਲੱਖ ਕਰੋੜ ਯਾਨੀ 3 ਕਰੋੜ 40 ਲੱਖ ਰੁਪਏ ਖਰਚ ਕੀਤੇ ਜਾ ਚੁਕੇ ਨੇ ਇਸ ਸਕੀਮ ਦੇ ਲਈ ਅਧਿਕਾਰੀਆਂ ਮੁਤਾਬਿਕ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਗਰੀਬ ਕਲਿਆਣ ਅਨ ਯੋਜਨਾ ਦੁਨੀਆ ਦੀ ਸਭ ਤੋਂ ਵੱਡੀ ਭੋਜਨ ਯੋਜਨਾ ਹੈ ਸਰਕਾਰ ਕੋਲ ਇਸ ਲਈ ਅਨਾਜ ਦਾ ਕਾਫੀ ਸਟਾਕ ਹੈ ਸਰਕਾਰ ਵੱਲੋਂ ਇਸ ਲਈ ਸਟਾਕ ਸਥਿਤੀ ਦੀ ਸਮੀਖਿਆ ਕੀਤੀ ਗਈ ਹੈ ਸਰਕਾਰ ਵੱਲੋਂ ਇਸ ਯੋਜਨਾ ਨੂੰ ਹੁਣ ਤੱਕ 3 ਕਰੋੜ 40 ਲੱਖ ਰੁਪਏ ਖਰਚ ਕੀਤੇ ਗਏ ਨੇ ਅਜਿਹੀ ਜੇ ਇਸ ਯੋਜਨਾ ਨੂੰ ਉਧਾਉਣ ਲਈ ਰਾਸ਼ਨ ਕਾਰਡ ਧਾਰਕਾਂ ਨੂੰ ਸਿੱਧਾ ਫਾਇਦਾ ਹੋਵੇਗਾ ਗੱਲ ਕਰੀਏ ਇਸ ਸਕੀਮ ਦੇ ਲਾਭ ਦੀ ਤਾਂ ਦੋਸਤੋ ਕੇਂਦਰ ਸਰਕਾਰ ਦੀ ਇਸ ਯੋਜਨਾ ਦੇ ਤਹਿਤ ਦੇਸ਼ ਦੇ ਸਾਰੇ ਗਰੀਬ ਰਾਸ਼ਨ ਕਾਰਡ ਧਾਰਕ ਪਰਿਵਾਰਾਂ ਨੂੰ ਪ੍ਰਤੀ ਵਿਅਕਤੀ 5 ਕਿਲੋ ਰਾਸ਼ਨ ਦਿੱਤਾ ਜਾਂਦਾ ਹੈ ਸ਼ੁਰੂ ਵਿੱਚ ਇਸ ਯੋਜਨਾ ਤਹਿਤ ਪਰਿਵਾਰਾਂ ਨੂੰ 1 ਕਿਲੋ ਛੋਲਿਆਂ ਦੀ ਦਾਲ ਅਤੇ ਇੱਕ ਜ਼ਰੂਰੀ ਮਸਾਲੇ ਦੀ ਕਿੱਟ ਦਿੱਤੀ ਗਈ ਸੀ ਪਹਿਲਾਂ ਇਸ ਸਕੀਮ ਸਿਰਫ ਰਾਸ਼ਨ ਕਾਰਡ ਧਾਰਕਾਂ ਲਈ ਸੀ ਬਾਅਦ ਵਿੱਚ ਉਹਨਾਂ ਗਰੀਬ ਪਰਿਵਾਰਾਂ ਨੂੰ ਇਸ ਵਿੱਚ ਸ਼ਾਮਿਲ ਕਰ ਲਿਆ ਗਿਆ ਜਿਨ੍ਹਾਂ ਕੋਲ ਰਾਸ਼ਨ ਕਾਰਡ ਨਹੀਂ ਹੈ ਸੋ ਦੋਸਤੋ ਬਹੁਤ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜਿਸ ਨੂੰ ਦੇਖਦੇ ਗਰੀਬ ਕਲਿਆਣ ਯੋਜਨਾ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਜੋ ਕਿ ਸਤੰਬਰ ਵਿੱਚ ਹੁਣ ਸਤੰਬਰ ਵਿੱਚ ਬੰਦ ਹੋ ਜਾਣੀ ਸੀ ਉਹ ਅਗਲੇ 6 ਮਹੀਨੇ ਯਾਨੀ ਮਾਰਚ 2023 ਤੱਕ ਵਧਾ ਦਿੱਤੀ ਗਈ ਹੈ ਸੋ ਦੋਸਤੋ ਉਹਨਾਂ ਲੋਕਾਂ ਲਈ ਉਹਨਾਂ ਗਰੀਬ ਲੋਕਾਂ ਲਈ ਬਹੁਤ ਹੀ ਲਾਟਰੀ ਵਾਲਾ ਕੰਮ ਕਰੇਗੀ ਇਹ ਕਿਉਂਕਿ ਜਿਹੜਾ ਅੱਜ ਕੱਲ੍ਹ ਅਨਾਜ ਇੰਨਾ ਮਹਿੰਗਾ ਹੋ ਚੁੱਕਿਆ ਹੈ ਕਿ ਆਮ ਜਨਤਾ ਦੇ ਹੱਥ ਵਿੱਚ ਵੀ ਨਹੀਂ ਰਿਹਾ ਦਾਲਾਂ ਤੇ ਜਿਹੜੀ ਕਣਕ ਹੈ ਆਟਾ ਬਹੁਤ ਹੀ ਮਹਿੰਗਾ ਹੋ ਚੁੱਕਿਆ ਹੈ ਸੋ ਦੋਸਤੋ ਉਮੀਦ ਹੈ ਤੁਹਾਨੂੰ ਇਹ ਖਬਰ ਚੰਗੀ ਲੱਗੀ ਹੋਗੀ ਐਵੇਂ ਦੀਆਂ ਨਵੀਆਂ-ਨਵੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਜੁੜਦੇ ਹੋ ਅਰੇ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ ਦੋਸਤੋ ਜੈ ਹਿੰਦ ਮਿਲਦੇ ਆ ਨਵੀਂ ਵੀਡੀਓ ਵਿੱਚ